ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਆਪਾਂ ਜਾ ਰਹੇ ਹਾਂ, ਕਿੱਥੇ ਜਾ ਰਹੇ ਨਾ? ਜਿਮ ਜਾ ਰਹੇ ਜੀ। ਅੱਜ ਫਸਟ ਡੇ ਸਾਡਾ ਜਿਮ ਦਾ ਆ, ਅਤੇ ਅੱਜ ਤੋਂ ਮਤਲਬ ਤੁਹਾਨੂੰ ਡੇਲੀ ਵਲੋਗ ਮਿਲਿਆ ਕਰੇਗਾ। ਅਤੇ ਅੱਜ ਫਿਲਹਾਲ ਜਿਮ ਦਾ ਮਿਲੇਗਾ, ਕੱਲ੍ਹ ਤੋਂ ਸਾਰਾ ਡਾਇਟ ਦਾ ਵੀ ਮਿਲੇਗਾ। ਅਤੇ ਤੁਸੀਂ ਵੀ ਮੈਨੂੰ ਸਾਰਿਆਂ ਨੇ ਡਾਇਟ ਦਾ ਮੈਸੇਜ ਕਰਨਾ ਕਿ ਮੈਂ ਕਿਹੜੀ ਡਾਇਟ ਲਵਾਂ। ਯਾਰ ਮੈਂ ਬਹੁਤ ਮੋਟੀ ਹੋ ਗਈ ਹਾਂ, ਅਤੇ ਮੈਂ ਹੁਣ ਪਤਲੀ ਹੋਣਾ ਭੁੱਖੇ ਰਹਿ ਕੇ। ਚਲੋ ਠੀਕ ਹੈ, ਜਿਮ ਜਾ ਕੇ ਮਿਲਦੇ ਹਾਂ। ਤੂੰ ਗੱਡੀ ਵਿੱਚ ਵੀ ਨਹੀਂ ਹਜੇ ਤੱਕ ਗਿਆ, ਤਾਂ ਗੱਡੀ ਕੱਢੀ ਵੀ ਨਹੀਂ। ਹੁਣ ਪਤਾ ਕੀ ਕਰ, ਪੱਟ ਦੇ ਉਹਨੂੰ ਭੰਗ ਨੂੰ ਉੱਥੋਂ। ਇੱਕ ਵਾਰੀ ਕੋਸ਼ਿਸ਼ ਕਰਕੇ ਦੇਖ ਲਾ ਨਾ। ਚੱਲ ਫਿਰ, ਚੱਲ ਆ ਕੇ ਦੇਖ ਲਾਂਗੇ। ਹਜੇ ਬਾਹਰ ਤਾਂ ਬਹੁਤ ਧੁੱਪ ਆ। ਸਾਡਾ ਜਿਮ ਦਾ ਟਾਈਮ ਦੇਖੋ। ਜਿਮ ਦੇ ਬਾਹਰ ਪਹੁੰਚ ਗਏ ਹਾਂ, ਪਰ ਅੰਦਰ ਜਾਣ ਦੀ ਹਿੰਮਤ ਕਿਉਂ ਨਹੀਂ ਕਰਦੀ ਹੋਈ? ਪਹਿਲਾਂ ਦੇਣਾ ਨਾ ਅਜੇ ਤਾਂ। ਯਾਰ ਕੀ ਕਰੀਏ, ਰੋਡ ਮਾਰਾਈਏ ਹਲਕੇ ਹਲਕੇ ਤੇ, ਕਹਿਣਾ ਸੌਖਾ ਹੀ ਹੈ। ਪਤਾ ਨਹੀਂ ਜਿਮ ਵੱਲ ਦੇ ਕੇ ਦਲਿੱਦਰ ਵੀ ਜਾਂਦੇ ਹਨ। ਮੇਰੀਆਂ ਅੱਖਾਂ ਦੇ ਲਾਲ ਨੀਂਦਰੇ ਨਾ ਭਰੀਆਂ, ਅੱਜ ਮੈਂ ਅੱਖਾਂ ਪੂਰੀਆਂ ਨੀਂਦ ਕਰਨੀ ਹੈ ਅੱਜ ਪੂਰੀ। ਮਤਲਬ ਆਪਾਂ ਜਾਣ ਨੂੰ ਇੰਨਾ ਜ਼ਿਆਦਾ ਥਕਾ ਦੇ ਕਿ ਫਿਰ ਤੂੰ ਹਾਂ ਸੋਦਾ ਘਰ ਜਾ ਕੇ। ਮੈਨੂੰ ਪਤਾ ਮੈਂ ਕੁਝ ਖਾਧਾ ਨਹੀਂ, ਇਸ ਕਰਕੇ ਹੁਣ ਮੈਂ ਪਹਿਲਾਂ ਤਾਂ ਭਰਾ ਪਹਿਲੀ ਡਾਇਟ ਲੈਣੀ ਅੱਜ ਪੂਰੀ, ਫਿਰ ਕੱਲ੍ਹ ਤੋਂ ਜਿੰਮ ਜ਼ੋਰ ਲਾਉਣਾ। ਸਹੀ ਹੈ, ਚੱਲ ਅੱਜ ਚੱਲ 50-60 ਕਿਲੋ ਚੱਕ ਰਹੀ। ਚੱਲ ਭਰਾ, ਚਲੋ ਫਿਰ ਜਾਣਾ ਹੀ ਪੈਣਾ। ਮੈਂ ਇੱਧਰ, ਚੱਲ ਚੱਲ ਖੋਲ ਦਰਵਾਜ਼ਾ, ਦਰਵਾਜ਼ਾ ਖੋਲ, ਮੈਂ ਅੰਦਰ ਆਉਣਾ, ਮੇਰੀ ਐਂਟਰੀ ਕਰ। ਇੰਨਾ ਭਾਰ ਏਦਾਂ ਦਾ ਕੀ ਹੋਇਆ ਦੇਖੋ। ਸਹੀ ਕਿੱਦਾਂ ਹੋ ਗਿਆ? ਚੱਲ ਹਾਂਜੀ, ਆਪਾਂ ਹੁਣ ਜਿਮ ਤੋਂ ਹੋ ਗਏ ਫ੍ਰੀ। ਮੇਰੀ ਸ਼ਕਲ ਤੋਂ ਦੇਖ ਕੇ ਲੱਗਣ ਦਾ ਕਿ ਮੈਂ ਵਰਕਆਊਟ ਕੀਤਾ ਨਾ। ਇਹਨੂੰ ਚੱਕਰ ਆਉਣੇ ਸਟਾਰਟ ਹੋ ਗਏ ਬਾਬਾ, ਸੱਚੀ। ਮੈਂ ਯਾਰ 2 ਦਿਨ ਦਾ ਕੁਛ ਖਾਧਾ ਨਹੀਂ, ਮੈਨੂੰ ਤੇ ਤਾਂ ਚੱਕਰ ਆਉਣ ਲੱਗ ਪਏ। ਯਾਰ ਭਾਵੇਂ ਜਿੱਦਾਂ ਮਰਜ਼ੀ ਆ, ਇਹਨੂੰ ਚੱਕਰ ਆਉਣ ਲੱਗ ਪਏ। ਫਿਰ ਮੈਂ ਹੱਦ, ਫਿਰ ਮੈਂ ਛੱਡਿਆ ਵਰਕਆਊਟ। ਮੈਂ ਕਿਹਾ ਚੱਲ ਭਰਾ, ਹੁਣ ਮੇਰੇ ਜਿੰਮੇ ਵੀ ਮੁੜੇ ਦਿਨ ਮੈਂ ਹੋਸਪਿਟਲ ਲੈਂਦੀ। ਹਾਂ, ਮੈਨੂੰ ਹੋਸਪਿਟਲ ਲੈ ਜਾਵਾਂ। ਅੱਜ ਫਿਲਹਾਲ 1 ਵੀਕ ਮਿਕਸ ਲਗਾਉਣੀ ਐਕਸਰਸਾਈਜ਼। ਅੱਜ ਵਰਕਆਊਟ ਦੀ ਵੀਡੀਓ ਨਹੀਂ ਬਣਾਈ, ਅਤੇ ਕੱਲ੍ਹ ਤੋਂ ਪ੍ਰੋਪਰਲੀ ਆਪਾਂ ਨਾ ਬਣਾਵਾਂ ਕਰਾਂਗੇ ਵਰਕਆਊਟ ਦੀ ਵੀਡੀਓ ਵੀ, ਫਿਰ ਤੁਹਾਨੂੰ ਵੀ ਪਤਾ ਲੱਗੇ ਕਿ ਵਾਕਈ ਮੈਂ ਜਿੰਮ ਜਾਂਦੀ ਹਾਂ, ਹੈ ਨਾ? ਅਤੇ ਮੈਂ ਵਰਕਆਊਟ ਕਰਦੀ ਹਾਂ। ਜੂਸ ਪੀਣਾ? ਪੀ ਲੈਂਦੇ ਹਾਂ। ਤੇਰੇ ਗੂਗਲ ਪੇ 'ਚ ਪੈਸੇ ਹੈਗੇ ਆ? ਨਹੀਂ, ਮੇਰੇ ਹੈਗੇ ਆ, ਪਰ ਮੈਂ ਖਰਚਦੀ ਨਹੀਂ ਹਾਂ। ਮੈਂ ਮਿੱਠਾ ਬਿਲਕੁਲ ਛੱਡ ਦੇਣਾ ਹੁਣ, ਤੇ ਮੈਂ ਚਾਹ ਵੈਸੇ ਬਹੁਤ ਪੀਂਦੀ ਸੀ, ਉਹ ਵੀ ਹੁਣ ਛੱਡਣੀ। ਮੈਂ ਤਾਂ ਉਹਨੂੰ ਕਹਿਣਾ ਕਿ ਮੇਰਾ ਰੋਲਾ ਬਣਾ ਦੇ। ਉਸ ਜੂਸ ਕੈਂਸਲ ਕਰਤਾ, ਤੇ ਆ ਗਿਆ ਨਾਰੀਅਲ ਪਾਣੀ। ਠੀਕ ਹੈ, ਗਰਮ ਹੈ। ਟੇਸਟ ਨਹੀਂ ਦੇਖਣਾ, ਸਿਹਤ ਦੇਖਣੀ ਹੈ। ਜਿਹੜੀ ਖਾ ਖਾ ਕੇ ਮੈਂ ਪਹਿਲਵਾਨ ਖਾ ਵਰਗੀ ਬਣਾਈ ਸੀ, ਮੂੰਹ ਦੇ ਮੇਰਾ ਘੁੱਡਾ ਵੱਡਾ ਆਉਂਦੇ ਸੀ, ਮੂੰਹ ਵੱਡਾ। ਹਾਂਜੀ, ਬਸ ਮੈਂ ਜਿਮ ਤੋਂ ਬਾਅਦ ਹੋਰ ਨਾਰੀਅਲ ਪਾਣੀ ਪੀਤਾ। ਨਾਰੀਅਲ ਪਾਣੀ ਤੋਂ ਬਾਅਦ ਕੀ, ਜਸਟ ਇੰਨੀ ਜੀ ਥੋੜ੍ਹੀ ਜੀ, ਬਸ ਆਹ ਹੀ ਛੋਟਾ ਜਿਹਾ ਕੱਪ ਚਾਹ ਦਾ ਪੀਣ ਲੱਗੀ ਹਾਂ। ਤਾਂ ਕੀ ਕਰਾਂ ਫਿਰ ਮੈਂ, ਸੱਚੀ ਕਹਾਂ ਅੱਜ ਮੈਨੂੰ ਨਾ ਜੱਕਦਮ ਨਹੀਂ ਛੁੱਟਦੀ, ਤੁਹਾਨੂੰ ਵੀ ਪਤਾ ਕੋਈ ਵੀ ਚੀਜ਼ ਹੌਲੀ ਹੌਲੀ ਛੱਡਾਂਗੇ। ਤੋੜ ਜੀ ਮਹਿਸੂਸ ਹੋਣਦੀ ਸੀ ਹੁਣ ਮੈਨੂੰ ਚਾਹ ਦੀ, ਤਾਂ ਹੁਣ ਬਸ ਮੈਂ ਬਸ ਥੋੜ੍ਹੀ ਜਿਹੀ ਪੀਣ ਲੱਗੀ ਹਾਂ, ਬਸ ਥੋੜ੍ਹੀ ਜਿਹੀ ਜਸਟ। ਸਾਰਿਆਂ ਇਹ ਨਾ ਮੈਂ ਪੂੜੀਆਂ ਲਈ ਨਾ ਕੀ 2 ਤਿਆਰ ਕਰ ਰਹੀ ਹਾਂ,
ਮੰਮੀ ਡੋਰੀ ਕਹਿੰਦੇ ਨੇ ਇਹਨੂੰ ਇਹ ਨਾ ਸੂਜੀ ਤੇ ਆਟਾ ਪਾ ਕੇ ਹੁਣ ਤਾਂ ਪੱਕਾ ਕੰਮ ਕਰਦੀ ਵੀ ਮੰਮੀ ਪਹਿਲਾਂ ਕਹਿੰਦੇ ਹੁੰਦੇ ਨਾ ਇਹ ਨਹੀਂ ਕੰਮ ਕਰਦੀ ਦੇਖਿਆ ਅੱਜ ਤੁਸੀਂ ਦੇਖ ਲਿਆ ਨਾ ਸਾਹਮਣੇ ਤੇ ਇਹ ਸਾਰੀ ਹਾਲਤ ਵੀ ਦਿਖਾ ਦੇ ਕਿ ਏਦਾਂ ਡੋ ਤਿਆਰ ਕਰਦੇ ਆ ਓਕੇ ਚਲੋ ਬਸ ਅੱਜ ਪਤਾ ਤਾਂ ਲੱਗ ਗਿਆ ਕੁੜੀ ਕੰਮ ਕਰਦੀ ਦੱਸਣ ਵਾਲੀ ਤਾਂ ਬਣੂਗੀ ਨਾ ਸਹੀ ਗੱਲ ਅੱਜ ਤੇ ਮੈਂ ਵਾਕਈ ਕੀਤਾ ਨਾ ਅੱਜ ਸਾਹਮਣੇ ਦੇਖਿਆ ਵੀ ਇਹ ਸਾਰਿਆਂ ਨੇ ਤਾਂ ਕੀਤਾ ਨਾ ਮੰਮੀ ਕਹਿੰਦੀ ਅੱਜ ਪਹਿਲੀਆਂ ਜਿਹੜੀਆਂ ਦੋ ਪੂੜੀਆਂ ਬਣੀਆਂ ਨਾ ਉਹ ਕਾਵਾਂ ਚਿੜੀਆਂ ਨੂੰ ਪਾਣੀਆਂ ਤੇ ਫਿਰ ਬਾਕੀ ਘਰਦਿਆਂ ਨੂੰ ਆਹੋ ਕੰਮ ਲੱਗੀ ਨਾ ਉਹ ਵੀ ਖੋਸ਼ ਹੈ ਜਾਨਵਰ ਵੀ ਚਾਰ ਕੇ ਹਾਂ ਜਿੱਦਾਂ ਮੈਂ ਡੋ ਬਣਾਉਂਦੀ ਵੀ ਆ ਇੱਦਾਂ ਮੈਨੂੰ ਲੱਗਦਾ ਕੋਈ ਵੀ ਖਾਏਗਾ ਪੂੜੀਆਂ ਤਾਂ ਹੀ ਤਾਂ ਮੈਂ ਕਹਿਣ ਨਹੀਂ ਖਾ ਲਵਾਂਗੇ ਆਪਾਂ ਪਰ ਯਾਰ ਤੂੰ ਦੇਖ ਮੈਂ ਕਿੰਨੀ ਸਫਾਈ ਕੀਤੀ ਕੋਈ ਕਹਿ ਸਕਦਾ ਕਿੱਥੇ ਸਾਫ ਸੁਥਰਾ ਕੀਤਾ ਤੇ ਮੈਂ ਹੁਣੇ ਡੋ ਕਰਕੇ ਤੇ ਸਾਫ ਕਰ ਦੇਣਾ ਹੈ ਦੇਖਦੀ ਕਿੰਨਾ ਕੁ ਸਾਫ ਥੋੜੀ ਦੇਰ ਬਾਅਦ ਮੈਂ ਦਿਖਾਉਂਗੀ ਵੀ ਆ ਜਿਮ ਕਰਕੇ ਤੇ ਮੈਂ ਨਾਰੀਅਲ ਪਾਣੀ ਪੀਤਾ ਫਿਰ ਉਸ ਤੋਂ ਬਾਅਦ ਮੈਂ ਇੰਨੀ ਜੀ ਚਾਹ ਪੀਤੀ ਤੇ ਫਿਰ ਹੁਣ ਮੈਂ ਆਲੂ ਤੇ ਪੂੜੀਆਂ ਖਾਣੀਆਂ ਤੇ ਸ਼ਾਮ ਦੇ ਤੁਸੀਂ ਦੱਸ ਸਕਦੇ ਹੋ ਮੈਂ ਕੀ ਖਾਵਾਂ ਤਾਹੀ ਮੈਂ ਇੰਨਾ ਕੰਮ ਨਾ ਕਰਾਇਆ ਕਰੋ ਅੱਗੇ ਇੰਨੀ ਲੀਸੀ ਆ ਸਹੀ ਗੱਲ ਹੈ ਹੱਦੋ ਕੀ ਤੁਹਾਡੇ ਖਾਇਆ ਪੀਆ ਕਰ ਕਿਤੇ ਕੁਛ ਮਰੀ ਪਈ ਆ ਤੂੰ ਬਕਵਾਸ ਨਾ ਕਰਿਆ ਵਿੱਚ ਬੱਬੇ ਸੱਚੀ ਗੱਲ ਹੈ ਤੈਨੂੰ ਤੈਨੂੰ ਆਏ ਮੈਨੂੰ ਹੋਏ ਮੰਮੀ ਵਲੌਗ ਬਣਨ ਦਿਆ ਤੂੰ ਗਾਲਾਂ ਕੱਢਦੀ ਆ ਲੋਕੀ ਸਾਰੇ ਮੇਰੇ ਤੇ ਹੱਸਦੇ ਆ ਖੂਨ ਮਾਦਾ ਯਾਰ ਇੰਨੇ ਦੇ ਤੇਲ ਵਿੱਚ ਕਹਿੰਦੇ ਪੂੜੀਆਂ ਬਣਾਉਣੀਆਂ ਦੱਸ ਇੰਨੇ ਤੇਲ 'ਚ ਮੈਂ ਤੜਕਾ ਲਾਉਂਦੀ ਹਾਂ ਆਹੋ ਤੂੰ ਮੈਂ ਨਹੀਂ ਤੜਕਾ ਲਾਉਂਦੀ ਉੱਥੇ ਬੀਪੀ ਵਧਾ ਲਓ ਮਰ ਗਈ ਤੂੰ ਤੜਕਾ ਹੀ ਸੁੱਟਣਾ ਸਿੱਖਿਆ ਸਿੱਖਿਆ ਕੀ ਹੋਰ ਤੜਕੇ ਨਾਲ ਤਾਂ ਨਹੀਂ ਸਵਾਦ ਆਉਣਾ ਤੁਹਾਡਾ ਮੰਮੀ ਕੀ ਆਖਿਆ ਵੀ ਤੜਕਾ ਸੁੱਟਿਆ ਸਵਾਦ ਆਉਣਾ ਚੇਤਾ ਭੁੱਲ ਜਾਂਦਾ ਉਹ ਮਤਲਬ ਜੋ ਵੀ ਸੂਜੀ ਤੇ ਆਟਾ ਮਿਕਸ ਕਰਕੇ ਸੂਜੀ ਪਾਈ ਆਟਾ ਮਿਕਸ ਕਰਕੇ ਸਾਰਾ ਕੁਛ ਕੀਤਾ ਤੇ ਉਹਦੀਆਂ ਪੂੜੀਆਂ ਬਣਾਈਆਂ ਮੈਂ ਕਿਹਾ ਚੱਲ ਮੈਂ ਵੀ ਅੱਜ ਬਣਾ ਕੇ ਖਾ ਕੇ ਦੇਖਦੀ ਹਾਂ ਕਿੱਦਾਂ ਦੀਆਂ ਬਣਦੀਆਂ ਨਹੀਂ ਮੰਮੀ ਨੇ ਵੇਲਣੀਆਂ ਮੈਨੂੰ ਵੇਲਣੀਆਂ ਨਹੀਂ ਆਉਂਦੀਆਂ ਪੂੜੀਆਂ ਤੇ ਮੈਂ ਫਰਾਈ ਕਰਨੀਆਂ ਜਨਾਨੀ ਨੀ ਇਹਨਾਂ ਮੈਨੂੰ
ਜਨਾਨੀ ਕੀ ਹੁੰਦਾ ਜਿਹੜੀ ਚੌਂਕੇ ਦੀ ਹੈ ਰਾਣੀ ਹੈ ਉਹਨੂੰ ਸਾਰਾ ਕੁਝ ਚਾਹੀਦਾ ਹੁੰਦਾ ਅੰਡਾ ਇਹਨੂੰ ਸਭ ਕੁਝ ਹੈ ਇਹ ਸਾਡਾ ਹਰਾਮਣ ਹੈ ਇਹ ਕਾਕੇ ਨਹੀਂ ਰਾਜੀ ਇਹ ਕੀ ਕੱਟੀ ਕਵਰ ਮਾਲਦੀ ਹੈ ਕਿ ਕੋਈ ਟੋਇਆ ਕੱਟੇ ਤੇ ਮੈਂ ਵਿੱਚ ਛਾਲ ਮਾਰਾਂ ਮੈਂ ਤੋ ਵੀ ਨਹੀਂ ਵੰਜਣੀ ਵਾਲਾ ਕੋਈ ਫੜ ਕੇ ਬਿਠਾ ਦੋ ਬਹੁਤ ਚਲਾਕ ਹੈ ਇਹ ਕੁੜੀ ਹੋ ਸਹੀ ਜਿਹੜੀ ਹੈ ਨਾ ਮੰਗਾ ਚਾਹੇ ਤੁਸੀਂ ਕਿਤੇ ਕੀ ਚਲਾਕੀ ਵਾਲੀ ਚਲਾਕੀ ਹੈ ਕੰਮ ਚੋਰ ਆਪਣੇ ਭਾਂਡੇ ਦਿਖਾਈ ਹੈ ਨਾ ਸਿੰਕ ਭਰੇ ਮੈਂ ਭਾਂਡੇ ਨਹੀਂ ਮਾਂਜਣੇ ਸਿੱਧੀ ਗੱਲ ਹੈ ਹਾਂ ਭਾਂਡੇ ਤੇ ਮਾਂ ਨਹੀਂ ਮਾਂਜਣੇ ਮੈਂ ਦੇਖੋ ਸਲੈਬ ਤੇ ਬੈਠੀ ਆ ਵੇਟ ਕਰਦੀ ਪਈ ਆ ਪੂੜੀਆਂ ਦੀ ਪੂੜੀਆਂ ਬਣਨੇ ਫਿਰ ਮੈਂ ਕਦੋਂ ਖਾਵਾਂ ਪਰ ਮੈਨੂੰ ਮੈਂ ਟੇਸਟ ਦੇ ਕਰਕੇ ਦੇਖਣਾ ਨਾ ਕਿ ਕਿੱਦਾਂ ਦੀ ਬਣਦੀ ਆ ਤੇਲ ਨਾ ਪਾ ਦੀ ਮੇਰੇ ਤੇ ਤੂੰ ਕਿਤੇ ਤੇਲ ਦੇ ਬਦਲਾ ਲੈ ਲਿਆ ਆਪਣਾ ਪਤਾ ਗਾਈਸ ਅਸੀਂ ਕਿੰਨੇ ਦਿਨ ਵਲੋਗ ਨਹੀਂ ਬਣਾਇਆ ਆ ਵੀ ਜਿਹੜਾ ਵਲੋਗ ਪਾਇਆ ਸੀ ਬਹੁਤ ਟਾਈਮ ਪਹਿਲਾਂ ਦਾ ਬਣਿਆ ਸੀਗਾ ਸਾਡੀ ਕਾਫੀ ਜ਼ਿਆਦਾ ਲੜਾਈ ਚੱਲਦੀ ਸੀਗੀ ਤੇ ਫਿਰ ਆਪਾਂ ਤਾਂ ਕਰਕੇ ਵਲੋਗ ਨਹੀਂ ਬਣਾਇਆ ਪਤਾ ਉਹਨਾਂ ਦੱਸਿਆ ਕਰਨਾ ਲੜਾਈ ਚੱਲਦੀ ਕਿਸੇ ਲੱਛਣਾਂ ਤੋਂ ਉਹਨਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਨਾ ਸਾਡੀ ਬੜੀ ਜ਼ਬਰਦਸਤ ਲੜਾਈ ਹੋਈ ਆਪਾਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸੀਗੇ ਤੇ ਹੁਣ ਅਸੀਂ ਬੁਲਾਉਣ ਲੱਗ ਪਏ ਫਿਰ ਤੇ ਅਸੀਂ ਵਲੋਗ ਬਣਾਉਣਾ ਸਟਾਰਟ ਕਰਤਾ ਇਹਨੂੰ ਕਮੈਂਟ ਕਰਕੇ ਪੁੱਛਿਆ ਕਰੋ ਲੜਾਈ ਹੋਈ ਕਰਤਾ ਹੁਣ ਮੈਂ ਡੇਲੀ ਵਲੋਗ ਪਾਇਆ ਕਰਾਂਗੀ ਭਾਵੇਂ ਮੈਂ ਛੋਟਾ ਵਲੋਗ ਪਾਵਾਂ ਪਰ ਡੇਲੀ ਪਾਵਾਂ ਕਰਾਂਗੀ ਫਿਰ ਤੁਹਾਨੂੰ ਮੈਂ ਡੇਲੀ ਦੱਸਾਂ ਕਰਾਂਗੀ ਕਿ ਕੀ ਹੋਇਆ ਕੀ ਨਹੀਂ ਹੋਰ ਹੋਰ ਡੇਲੀ ਦੀਆਂ ਕਰੇਗੀਆਂ ਮੈਂ ਅਪਡੇਟ ਆਉਂਦੀਆਂ ਰਹਿਣਗੀਆਂ ਤੁਹਾਨੂੰ ਪਰ ਮੈਂ ਨਹੀਂ ਲੜਦੀ ਕਿਸੇ ਨਾਲ ਵੀ ਇਹ ਲੜਦੇ ਸਾਰੇ ਮੇਰੇ ਨਾਲ ਆ ਵੇ ਥੋੜੇ ਦੇਰ ਦਾ ਕਮਾਲ ਆ ਦੇਖਿਓ ਦੇਖਿਓ ਹੁਣ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਇਹ ਸੱਚੀ ਹੈ ਕਿ ਮੈਂ ਸੱਚੀ ਹਾਂ ਮੇਰਾ ਉਮਰ ਦਾ ਐਕਸਪੀਰੀਅੰਸ ਹੈ ਜਿਹੜਾ ਮੈਂ ਉਹ ਜ਼ਰੂਰੀ ਨਹੀਂ ਹੁੰਦਾ ਕਿਲੋ ਤੇਲ ਹੀ ਪਾਓ ਤੇ ਫੇਰ ਹੀ ਚੀਜ਼ ਬਣਦੀ ਹੈ ਅੱਧਾ ਕਿਲੋ ਤੇ ਇਹਨਾਂ ਦਾ ਤੇਲ ਦਾ ਤੜਕਾ ਹੁੰਦਾ ਇੱਕ ਦਿਨ ਮੈਂ ਲੜ ਪਈ ਇਹਨਾਂ ਨਾਲ ਤੇ ਮੈਂ ਕਰੇਲੇ ਕਰੂਲੇ ਛਿੱਲੇ ਸੀ ਉਹ ਬਣਾਉਣੇ ਮੈਂ ਹੀ ਸੀ ਮੇਰੀ ਲੜਾਈ ਹੋਣ ਕਰਕੇ ਮੈਂ ਬਣਾਏ ਨਹੀਂ ਇਹਨਾਂ ਨੇ 2 ਲੀਟਰ ਦੀ ਬੋਤਲ ਆ ਸਾਹਮਣੇ ਪਈ ਤੇ 1 ਲੀਟਰ 'ਚ ਇਹਨਾਂ ਨੇ ਮਤਲਬ 900-700 ਗ੍ਰਾਮ ਕਰੇਲੇ ਸੀ ਅਤੇ ਇੰਨੇ ਕੀ ਹੋਣੇ ਆ ਬੈਂਗਣ ਜਿਹੜਾ ਇਹਨਾਂ ਨੇ ਉਹ ਉਜਾੜਿਆ ਬਣਾਇਆ ਦੀਦੀ ਅਤੇ ਤੇਲ ਵੀ ਵੇਸਟ ਘੱਟ ਕਰਨਾ ਇਹ ਹੈ ਹੁਣ ਦੱਸੋ ਚਲੋ ਠੀਕ ਹੈ ਫਿਰ ਮੈਂ ਆਪਣੀ ਰੋਟੀ ਪਾ ਲਾਂ ਤੇ ਖਾ ਲਾਂ ਮਿਲਦੇ ਆ ਤੁਹਾਨੂੰ ਰੋਟੀ ਖਾ ਕੇ ਫਿਰ ਆ ਦੇਖੋ ਜਿਮ ਤੋਂ ਬਾਅਦ ਦੀ ਡਾਈਟ ਫਾਈਨਲੀ ਇੰਨੀ ਕੁੱਤੇ ਖਾਣੀ ਕਰਾਉਣ ਤੋਂ ਬਾਅਦ ਰੋਟੀ ਖਾਧੀ ਜਾ ਰਹੀ ਹੈ ਹੁਣ ਵੀ ਤੇ ਖਾ ਨਹੀਂ ਲੱਗਾ ਤੇ ਜੇ ਤੂੰ ਪਹਿਲਾਂ ਖਾ ਲੈਂਦਾ ਤਾਂ ਕੀ ਹੋਣਾ ਸੀ ਮੈਂ ਕੋਕ ਤੇ ਨਾਲ 50 ਰੁਪਏ ਦੀ ਕੋਈ ਚੀਜ਼ ਲਿਆ ਕੇ ਖਾਣੀ ਖਾਧੀ ਮੈਂ ਨਹੀਂ ਖਾਣੀ ਹੁਣ ਦੇ ਕਿੱਡੇ ਮਜ਼ੇ ਨਾਲ ਖਾ ਦਿਆ ਚੁੱਕ ਜਾ ਕਰ ਸਾਫ ਹੁਣ ਕਰ ਮੰਮੀ ਬਾਹਰ ਆਈ ਯਾਰ ਅੱਗ ਮੰਮੀ ਦੇ ਲੈ ਪਾਣੀ ਡੋਲ ਦਿੱਤਾ ਪੈਰਾਂ ਦੇ ਵਿੱਚ ਇਹਨੇ ਗਲਾਸ ਪਤਾ ਨੀ ਕਿੰਨੇ ਰੱਖਿਆ ਸੀ ਹਿਲਦੀਆਂ ਨੀ ਆ ਬੇ ਇਹੀ ਢੀਠ ਆ ਦੇਖੀ ਬਸ ਜਿੱਦਾਂ ਦੀ ਮਾਂ ਓਦਾਂ ਦਾ ਮੁੰਡਾ ਨਹੀਂ ਤੂੰ ਮੰਮੀ ਨੇ ਮੰਮੀ ਛਿੱਤਰ ਫੇਰ ਦੇ ਮੰਮੀ ਆ ਮੈਂ ਕਛੂਆ ਸਾਰਾ ਗਿੱਲਾ ਕਰ ਦਿੱਤਾ ਓ ਚਲੋ ਝੂਠੇ ਕਛੂ ਕਮਾਂ ਦਾ ਕਛੂਆ ਕਛੂਆ
ਪੋਚਾ ਲਾ ਫਿਰ ਯਾਰ ਹੁਣ ਜਿਹੜੇ ਸ਼ੋਰਟਸ ਮੰਗਾਈਆਂ ਲਾ ਦੇ ਹਾਂ ਮੰਮੀ ਆ ਦੇ ਲੈ ਇੱਕ ਤੂੰ ਸਬਜ਼ੀ ਲੈ ਕੇ ਆਈ ਤੇ ਉੱਤੋਂ ਕਹਿੰਦੀ ਮੰਮੀ ਸਬਜ਼ੀ ਦੇ ਕਿੰਨੀ ਗੰਦੀ ਚੱਕ ਕੇ ਲੈ ਕੇ ਆਈ ਮੰਮੀ ਇਹ ਕਹਿੰਦੀ ਪਈ ਆ ਮੰਮੀ ਆ ਦੇ ਲੈ ਕੀ ਕਹਿੰਦੀ ਉਹ ਕਹਿੰਦੀ ਗੰਦੀ ਜੀ ਸਬਜ਼ੀ ਚੱਕ ਲਿਆਈ ਹਾਂ ਮੋਟੀ ਮੈਂ ਤਾਂ ਕਿਹਾ ਹੀ ਨਹੀਂ ਮੈਂ ਮੰਮਾ ਤੇਰੀ ਆਪਦੇ ਆਈ ਆ ਤੈਨੂੰ ਵੀ ਨਛਿੰਦਰ ਪਵਾ ਦੇਣਾ ਤੂੰ ਇੱਕ ਇੱਕ ਵਾਰੀ ਤੇ ਲੰਮੇ ਬੈਗ ਲੇਟਣ ਆ ਦੇਖ ਪੋਚਾ ਬਣਾਈ ਤੈਨੂੰ ਖਿੱਚ ਕੇ ਮੈਂ ਮਰ ਜਾਵਾਂ ਬਸ ਲੱਗ ਗਿਆ ਪੋਚਾ ਏਦਾਂ ਹੀ ਤੂੰ ਗੱਲਾਂ ਚ ਸਾਨੂੰ ਲਾ ਲੂ ਕੇ ਨਾ ਪਤਿਆ ਕੇ ਬਿਠਾ ਦੇਣਾ ਬਸ ਕੋਈ ਕੰਮ ਨੀ ਕਰਨਾ ਲੀਚੜ ਜੀ ਗੁੱਸਾ ਚੜਾਉਂਦੀ ਰਹਿੰਦੀ ਮੈਂ ਸੋਚਿਆ ਕਿ ਮੈਂ ਸ਼ਾਮ ਨੂੰ ਨਾ ਫਰੈਸ਼ ਹੋ ਕੇ ਘੁੰਮਣ ਜਾਵਾਂਗੀ ਮੈਂ ਸੋ ਗਈ ਪਰ ਹੁਣੇ ਉੱਠੀ ਚਲੋ ਠੀਕ ਹੈ ਵਲੌਗ ਦੀ ਕਰਦੇ ਹਾਂ ਇੱਥੇ ਐਂਡ ਹੁਣ ਮੈਂ ਜਾ ਰਹੀ ਹਾਂ ਨਾਲ ਅਤੇ ਮਿਲਦੇ ਹਾਂ ਨੈਕਸਟ ਵਲੌਗ 'ਚ